ਜਲੰਧਰ ਦੀ ਇੱਕ ਮਹਿਲਾ ਡਾਕਟਰ ਪੰਜਾਬ ਦੀ ਪਹਿਲੀ ਮਹਿਲਾ ਡੈਂਟਿਸਟ ਬਣ ਗਈ ਹੈ ਜਿਸ ਨੂੰ ਭਾਰਤ ਜੋਤੀ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਡਾਕਟਰ ਬਲਜੀਤ ਕੌਰ ਰੂਬੀ ਨੂੰ ਐਵਾਰਡ 28 ਮਾਰਚ ਨੂੰ ਦਿੱਲੀ ਵਿਖੇ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡਾਕਟਰ ਬਲਜੀਤ ਕੌਰ ਰੂਬੀ ਨੇ ਆਪਣੇ 23 ਸਾਲਾਂ ਦੇ ਮੈਡੀਕਲ ਕਰੀਅਰ ਦੇ ਵਿੱਚ ਖੁਦ ਅਪੰਗ ਹੁੰਦੇ ਹੋਏ ਹੁਣ ਤੱਕ ਕਰੀਬ 5,000 ਆਮ ਅਤੇ ਗਰੀਬ ਲੋਕਾਂ ਦੇ ਦੰਦਾਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਹੈ। ਹੁਣ ਤੱਕ ਕਰੀਬ 5,000 ਲੋਕਾਂ ਦਾ ਮੁਫ਼ਤ ਇਲਾਜ ਕਰ ਚੁੱਕੀ ਡਾਕਟਰ ਬਲਜੀਤ ਕੌਰ ਰੂਬੀ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ ਉਹਨਾਂ ਦੇ ਇਸ ਕੰਮ ਬਦਲੇ ਉਹਨਾਂ ਨੂੰ ਕੋਈ ਐਵਾਰਡ ਵੀ ਮਿਲੇਗਾ। ਜ਼ਿਕਰਯੋਗ ਹੈ ਕਿ ਭਾਰਤ ਜੋਤੀ ਐਵਾਰਡ ਹੁਣ ਤੱਕ ਮਦਰ ਟੈਰੇਸਾ, ਸੁਨੀਲ ਗਵਸਕਰ, ਧਨਰਾਜ ਪਿੱਲੇ ਅਤੇ ਬਹੁਤ ਸਾਰੇ ਭਾਰਤ ਦੇ ਗਵਰਨਰ, ਉਪ ਰਾਸ਼ਟਰਪਤੀ ਅਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਦਿੱਤਾ ਜਾ ਚੁੱਕਿਆ ਹੈ। ਅੱਜ ਇਸ ਐਵਾਰਡ ਦੇ ਲਈ ਜਦ ਬਲਜੀਤ ਕੌਰ ਰੂਬੀ ਨੂੰ ਚੁਣਿਆ ਗਿਆ ਤਾਂ ਉਹਨਾਂ ਨੇ ਭਾਰਤ ਜੋਤੀ ਐਵਾਰਡ ਦੇਣ ਵਾਲਿਆਂ ਦਾ ਸ਼ੁਕਰਾਨਾ ਅਦਾ ਕੀਤਾ। ਜੀ, ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਅਤੇ ਪਹਿਲਾਂ ਤਾਂ ਮੈਂ ਬਹੁਤ ਹੈਰਾਨ ਹੋਈ ਜਦੋਂ ਮੈਨੂੰ ਇਹ ਚਿੱਠੀ ਆਈ ਕਿ ਮੈਨੂੰ ਇਹ ਅਵਾਰਡ ਵਾਸਤੇ ਨੋਮੀਨੇਟ ਕੀਤਾ ਗਿਆ ਅਤੇ ਮੈਂ ਹੈਰਾਨ ਸੀਗੀ ਕਿਉਂਕਿ ਬਹੁਤ ਵੱਡੀਆਂ ਹਸਤੀਆਂ ਨੇ ਅਤੇ ਮੈਂ ਤਾਂ ਮਾਮੂਲੀ ਜੀ ਔਰਤ ਹੈਗੀ ਹਾਂ ਜਾਂ ਕਹਿ ਲਓ ਡਾਕਟਰ ਹੈਗੇ ਹਾਂ ਅਤੇ ਮੈਨੂੰ ਲੇਕਿਨ ਬਹੁਤ ਅੱਛਾ ਲੱਗ ਰਿਹਾ ਹੈਗਾ ਅਤੇ ਇਹ ਜਿਹੜਾ ਭਾਰਤ ਜੋਤੀ ਅਵਾਰਡ ਹੈ ਇਹ ਉਹਨਾਂ ਨੇ ਮੈਨੂੰ ਦੱਸਿਆ ਕਿ IDA ਦਿੱਲੀ ਅਤੇ ਬੰਬਈ ਤੋਂ ਡਾਕਟਰਸ ਸੀ ਉਹਨਾਂ ਨੇ ਮੇਰਾ ਨਾਂ ਸੁਜੈਸਟ ਕੀਤਾ ਸੀਗਾ ਇਸ ਚੀਜ਼ ਵਾਸਤੇ ਅਤੇ ਬਾਅਦ 'ਚ ਮਤਲਬ ਕਿ ਮੇਰੀ ਸਿਲੈਕਸ਼ਨ ਦੀ ਚਿੱਠੀ ਆਈ ਅਤੇ ਉਹਦੇ ਕਰਕੇ ਮੈਨੂੰ ਅਵਾਰਡ ਦਿੱਤਾ ਜਾ ਰਿਹਾ ਕਿ ਆਪਣੀ ਡਿਊਟੀ ਬਹੁਤ ਚੰਗੀ ਤਰ੍ਹਾਂ ਨਿਭਾਉਣ ਦੇ ਨਾਲ ਨਾਲ ਮੈਂ ਸਮਾਜ ਸੇਵਾ ਵੀ ਕਰ ਰਹੀ ਹਾਂ ਅਤੇ ਗਰੀਬਾਂ ਦੀ ਸੇਵਾ ਕਰ ਰਹੀ ਹਾਂ ਸਲੰਮ ਏਰੀਆ 'ਚ ਜਾ ਕੇ ਅਤੇ ਈਵਨ ਕੈਦੀਆਂ ਵਗੈਰਾ ਦੀ ਵੀ ਮੈਂ ਸੇਵਾ ਕੀਤੀ ਹੈਗੀ। ਉਧਰ ਡਾਕਟਰ ਬਲਜੀਤ ਕੌਰ ਦੇ ਪਿਤਾ ਰਿਟਾਇਰ ਕਰਨਲ ਮਨੋਹਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ 'ਤੇ ਬਹੁਤ ਮਾਣ ਹੈ ਅਤੇ ਉਹ ਇਹੀ ਅਰਦਾਸ ਕਰਦੇ ਨੇ ਕਿ ਅਜਿਹੀ ਬੇਟੀ ਰੱਬ ਸਾਰਿਆਂ ਨੂੰ ਦੇਵੇ। ਸਾਨੂੰ ਪਹਿਲਾਂ ਵੀ ਵੈਸੇ ਸ਼ੁਰੂ ਤੋਂ ਇੰਟੈਲੀਜੈਂਟ ਬੜੀ ਸੀ ਅਤੇ ਅਸੀਂ ਚਾਹੁੰਦੇ ਸੀ ਵੀ ਇਹ ਡਾਕਟਰ ਬਣੇ ਅਤੇ ਇਹਨੇ ਡੈਂਟਲ ਕਹਿੰਦੀ ਮੈਂ ਪ੍ਰੋਫੈਸ਼ਨ ਡੈਂਟਲ ਡਾਕਟਰ ਦਾ ਚੁਣਨਾ ਡੈਂਟ BDS ਕਰਨੀ ਹੈ। BDS ਕਰਕੇ ਪਹਿਲਾਂ ਮਿਲਟਰੀ ਹਸਪਤਾਲ 'ਚ ਰਹੀ ਹੈ 5.5 ਸਾਲ ਹਾਲੀ ਤੱਕ ਲੋਕ ਯਾਦ ਕਰਦੇ ਨੇ ਜਿਹਨਾਂ ਨੂੰ ਇਹਨੇ ਟ੍ਰੀਟਮੈਂਟ ਦਿੱਤਾ ਬਹੁਤ ਯਾਦ ਕਰਦੇ ਨੇ ਅਤੇ ਬਾਅਦ 'ਚ ਹੁਣ ਸਿਵਲ 'ਚ ਗਈ ਹੈ ਉੱਥੇ ਵੀ ਹੈ ਜਿੱਥੇ ਵੀ ਸਾਨੂੰ ਕੋਈ ਮਿਲਦਾ ਉਹ ਬੜਾ ਖੁਸ਼ ਹੋ ਕੇ ਮੁਬਾਰਕ ਦਿੰਦਾ ਜੀ ਤੁਹਾਡੀ ਬੇਟੀ ਦੇ ਬਹੁਤ ਹਾਲਤ ਸਾਫ਼ ਹੈ ਬਹੁਤ ਸੋਹਣਾ ਟ੍ਰੀਟਮੈਂਟ ਦਿੰਦੀ ਹੈ ਅਤੇ ਉਦੋਂ ਅਸੀਂ ਬੜਾ ਫਖਰ ਮਹਿਸੂਸ ਕਰਦੇ ਹਾਂ। ਹੁਣ ਇਹਨੂੰ ਇਹ ਬੜਾ ਵੱਡਾ ਅਵਾਰਡ ਮਿਲਿਆ ਜਿਹਦੇ ਨਾਲ ਅਸੀਂ ਸਾਰਾ ਪਰਿਵਾਰ ਸਾਰਾ ਖਾਨਦਾਨ ਤਕਰੀਬਨ ਸਾਰੇ ਰਿਸ਼ਤੇਦਾਰ ਬੜੇ ਖੁਸ਼ ਨੇ। ਟਰੂ ਸਕੂਪ ਜਲੰਧਰ ਤੋਂ ਅੰਮ੍ਰਿਤਪਾਲ ਸਿੰਘ ਦੀ ਰਿਪੋਰਟ।